ਅਸਲਾਮ ਅਲੈਕੁਮ, ਕੀ ਹਾਲ ਚਾਲ ਨੇ ਵੀਰੋ? ਠੀਕ ਠਾਕ ਹੋ? ਅੱਜ ਤੁਹਾਨੂੰ ਸਾਰੀ ਵੀਡੀਓ ਦਿਖਾਉਂਦੇ ਹਾਂ ਜਿੱਥੋਂ ਮਿੱਟੀ ਭਰਦੇ ਹਾਂ ਅਸੀਂ। ਅਤੇ ਆਹ ਟਰੈਕਟਰ ਦੇ ਮੇਰਾ 375 ਚੈੱਕ ਕਰੋ, ਕੈਸੀ ਗੱਡੀ ਹੈ। ਬਾਰਿਸ਼ ਦੀ ਹੋਇਆ ਅਤੇ ਸਾਰੇ ਰਾਹ ਖਰਾਬ ਹੋਏ ਨੇ, ਦੇਖੋ ਕੀ ਹਾਲ ਹੋ ਗਿਆ ਗੱਡੀ ਦਾ। 480-88 ਮਾਡਲ ਹੈ, 6 ਫੁੱਟਾ ਬਲੇਡ, 11 ਹੱਲਾਂ ਨੇ ਪਿੱਛੇ, ਟਾਇਰ ਮੱਠੇ ਨੇ, ਇੰਜਨ ਫੁੱਲ ਟਾਇਟ ਆ, ਪੰਪ ਨੇ ਓਜ਼ਲਾਂ ਓਕੇ ਨੇ, ਬਹੁਤ ਅੱਛੀ ਪਰਫਾਰਮੈਂਸ ਦਿੰਦਾ ਇਹ ਵੀ ਮਿੱਟੀ ਭਰਨ 'ਤੇ। ਬਾਕੀ ਆਹ ਬਾਰਿਸ਼ ਦਾ ਪਾਣੀ ਖਲੋਤਾ, ਉਹਦੇ ਅੱਗੇ ਇੱਥੇ ਚੁੱਕ ਕੇ ਅੱਗੇ ਕਰਦੇ। ਟਾਇਰ 75 ਦੇ ਅਗਲੇ ਮੱਠੇ ਨੇ, ਪਿਛਲੇ ਵੀ ਠੀਕ ਨੇ। ਟਰਾਲੀ 7 ਫੁੱਟ ਚੌੜੀ ਹੈ, 11 ਲੰਮੀ ਹੈ, 2 ਫੁੱਟ ਉੱਚੀ ਹੈ। 480 S ਦੀ ਪਰਫਾਰਮੈਂਸ ਤੁਸੀਂ ਚੈੱਕ ਕਰੋ। ਅੱਗੋਂ ਨੁਕਰਾਂ ਖਾਲੀ, ਨੁਕਰਾਂ 'ਚ ਲਿਆ। ਉਹ ਸਾਹਮਣੇ ਰਾਸਤਾ ਜਿੱਥੋਂ ਲੰਘ ਕੇ ਜਾਈਦਾ, ਦੇਖ ਸਕਦੇ ਤੁਸੀਂ ਪਾਣੀ ਖਲੋਤਾ। ਫੋਟੋ ਲਾਉਣ ਡਿਆ, ਵੀਡੀਓ ਭਰਨ ਡਿਆ। ਬਾਬੇ ਨੇ ਆਪ ਤੋਂ ਸਾਡਾ ਪ੍ਰੋਗਰਾਮ ਹੀ ਚੱਲ ਕਰ ਦਿੱਤਾ।